ना मेरा भी तू कह रहा ना तेरा कोई नहीं मैं भरा वा तेरे बड़े ठीक है पर कुछ चीजा ना अपने हाथ च नहीं होंगे कुछ चीजा भगवान करता उन्हें जिदा करनी है ना जो थोड़े दुख सुख लिखे करमा दे दुख नहीं मिलता तेन वाहेगुरु जी का खालसा वाहेगुरु जी की फतेह जी ये बच्ची है जी जसलीन कौर इस टाइम ओरिसन होस्पिटल दे विच जिंदगी ते मौत की लड़ाई लड़ रही है बच्ची बच्ची का अज तो 10 महीने पहला सिर दे विच स्टंट पाया गया सीगा सिर च पानी भरदा सीगा उस तो बाद बच्ची बिल्कुल नॉर्मल हो गई सी ठीक सीगी पर हुण कुछ दिन पहला फिर दोबारा बच्ची नूं दौरे पैण लग गए बेहोशी की हालत च मां बाप इत्थे लैके आए तो होस्पिटल दाखिल कराया गया तो उत्थे डॉक्टर ने दस्सिया भी जिहड़ा स्टंट पाया सी सिर च वह ब्लॉक हो गया वा तो हुण दोबारा स्टंट पाया पाउणा पैणा वा तो इस टाइम ओरिसन होस्पिटल दे विच बच्ची दाखिल है जी पहलां तां तुसीं सारे अरदास करियो भी जैसलीन ठीक हो जाए जल्दी जल्दी वह अपने मां बाप की गोद दे विच आवे ये बच्ची की मदर आ रमन आ ये बच्ची के डैडी आ गुरजीत सिंह ते मेहनत मजदूरी करके रमन भैन लोगों के घर च रोटी बना के रसोई का काम करके अपनी जीवन ते ए वीर गुरजीत अपने शैलर दे विच लेबर का काम करके अपने जीवन नू चंगा करन दे विच कोशिश कर रहे सी बच्ची नू पालन दे लई जतन कर रहे सी इन्ना पैसा लखां रुपया इलाज दे विच लाउण लई ना तां कोले कोई जमीन जायदाद आ ना कोई अपना काम कार आ कोई बिजनेस आ मां बाप भी है नहीं मां बाप की डैथ हो चुकी आ कोई भैन भरा कोई अपना सका संबंधी भी मुख मोड़ जाते हैं तुहानू पता अज किदां दा जमाना चल रहा वा पर जे आपां समझिए तो साडा समाज भी रिश्तेदार ही आ असी सारे एक ही हाँ एको ही गुरु की असी अंश मंश हाँ असी सारे जी उस गुरु साहब के दसे हुए राह ते किरत करो नाम जपो वंड छको की गल करते हैं तो असी अज रल के इस वीर दे इस भैन दे इस दिल दे टुकड़े नू इस जुगर दे टुकड़े नू जैसलीन नू बचाउण च आपां सारे जतन करिए सब तो जरूरी तो अरदास आ दुआवां मां तुहाडियां आसीसां मां जन की अरदास बिरथी ना जाए क्योंकि दुआवां ते अरदासां ने इन्हां दी धी नू ठीक करना दवाइयां ते डाक्टर कुछ नहीं कर सकते जे उहदी किरपा होगी ਤਾਂ ਫਿਰ ਕਹਿੰਦੇ ਵੀ ਮਿੱਟੀ ਵੀ ਦਵਾਈ ਬਣ ਜਾਂਦੀ ਹੈ ਇਸ ਟਾਈਮ ਬੱਚੀ ਓਰੀਸਨ ਹੋਸਪਿਟਲ 'ਚ ਐਡਮਿਟ ਆ ਜੇ ਕੋਈ ਭੈਣ ਭਰਾ ਬੱਚੀ ਦੇ ਆਪਰੇਸ਼ਨ ਵਾਸਤੇ ਹੈਲਪ ਕਰ ਸਕਦਾ ਤਾਂ ਉੱਥੇ ਸਿੱਧਾ ਓਰੀਸਨ ਹੋਸਪਿਟਲ 'ਚ ਜਾ ਕੇ ਤੁਸੀਂ ਜੈਸਲੀਨ ਦੇ ਇਲਾਜ 'ਚ ਵੀ ਮਦਦ ਕਰ ਸਕਦੇ ਹੋ ਪਰ ਇਲਾਜ ਦੀ ਉਸ ਮਦਦ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਇਸ ਮਦਦ ਦੀ ਲੋੜ ਆ ਵੀ ਤੁਸੀਂ ਅਰਦਾਸ ਕਰਿਓ ਬਸ ਇਹ ਸਾਡੀ ਛੋਟੀ ਭੈਣ ਦੇ ਕਾਲਜੀ ਨੂੰ ਠੰਡ ਪਵੇ ਉਹਦੀ ਧੀ ਠੀਕ ਹੋ ਕੇ ਆਪਣੀ ਮਾਂ ਦੀ ਗੋਦ ਵਿੱਚ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋ ਨਾ ਛੋਟੇ ਭੀਓ ਰੋ ਨਾ ਮੇਰਾ ਵੀ ਤੂੰ ਕਹਿ ਰਿਹਾ ਨਾ ਤੇਰਾ ਕੋਈ ਨਹੀਂ ਮੈਂ ਭਰਾ ਵਾਂ ਸੀ ਤੇਰੇ ਵੱਡੇ ਠੀਕ ਆ ਪਰ ਕੁਛ ਚੀਜ਼ਾਂ ਨੂੰ ਨਾ ਆਪਣੇ ਹੱਥ 'ਚ ਨਹੀਂ ਹੁੰਦੀਆਂ ਕੁਛ ਚੀਜ਼ਾਂ ਭਗਵਾਨ ਕਰਦਾ ਉਹਨੇ ਜਿੱਦਾਂ ਕਰਨੀਆਂ ਨਾ ਜਿਹੜੇ ਤੁਹਾਡੇ ਦੁੱਖ ਸੁੱਖ ਲਿਖੇ ਕਰਮਾਂ ਦੇ ਭੁੱਗ ਲਿਆ ਆਪਾਂ ਕੋਈ ਦੁੱਖ ਨਹੀਂ ਮਿਲਦਾ ਤੈਨੂੰ ਫਿਕਰ ਨਾ ਕਰ ਤੂੰ ਇਹਨੂੰ ਜੈਸਲੀਨ ਨੂੰ ਠੀਕ ਕਰ ਲਾ ਫਿਰ ਆਪਾਂ ਉਦੋਂ ਬਾਅਦ ਗੱਲ ਕਰਦੇ ਹਾਂ ਤੈਨੂੰ ਮੈਂ ਆਪਾਂ ਕਰਦੇ ਹਾਂ ਜਵਾਬ ਦਾ ਹੱਲ ਕੋਈ ਚਾਹੀਦਾ ਠੀਕ ਆ ਕੋਈ ਨਾ ਮੈਂ ਉਸ ਦਿਨ ਵੀ ਜਿੱਦਣ ਤੂੰ ਆਇਆ ਸੀ ਮੈਂ ਉਸ ਦਿਨ ਵੀ ਸੋਚ ਲਿਆ ਸੀਗਾ ਤਾਂ ਹੀ ਮੈਂ ਤੈਨੂੰ ਪੁੱਛਦਾ ਤੂੰ ਕਿੰਨਾ ਪੜ੍ਹਿਆ ਹੋਇਆ ਤੈਨੂੰ ਅਸੀਂ ਕੋਈ ਨਾ ਕੋਈ ਕੰਮ ਦੇਵਾਂਗੇ ਠੀਕ ਆ ਇਹਨੂੰ ਵੀ ਲਾਵਾਂਗੇ ਕੰਮ ਵੀ ਵਿਹਲੀ ਬੈਠੀ ਰਹਿੰਦੀ ਆ ਇਹ ਤੋਂ ਵੀ ਕੰਮ ਕਰਾਵਾਂਗੇ ਕੋਈ ਨਾ ਕੋਈ ਠੀਕ ਆ ਕੋਈ ਨਾ ਵਾਹਿਗੁਰੂ ਮਿਹਰ ਕਰਨ ਪੁੱਤ ਦੇਖੋ ਜ਼ਿੰਦਗੀ 'ਚ ਸੰਘਰਸ਼ ਹੀ ਜ਼ਿੰਦਗੀ ਆ ਪਰ ਜਦੋਂ ਇੰਨੀਆਂ ਬੈਕ ਟੂ ਬੈਕ ਇੰਨੀਆਂ ਗੱਲਾਂ ਹੋ ਜਾਂਦੀਆਂ ਨਾ ਜਦੋਂ ਫਿਰ ਦੁੱਖ ਤਾਂ ਹੋ ਜਾਂਦਾ ਲੱਗਦਾ ਬੰਦੇ ਨੂੰ ਮੇਰੇ ਨਾਂ ਕਾਹਤੋਂ ਹੋਈ ਜਾਂਦਾ ਪਰ ਪੁੱਤ ਭਗਵਾਨ ਇਮਤਿਹਾਨ ਵੀ ਆਪਦਿਆਂ ਦਾ ਹੀ ਲੈਂਦਾ ਹੈ ਨਾ ਗੱਲ ਸੁੱਖ ਦੀ ਨਹੀਂ ਸਕੂਨ ਦੀ ਆ ਕੋਈ ਨਾ ਹੋ ਜਾਊਗਾ ਠੀਕ ਸਭ ਕੁਛ ਠੀਕ ਹੋ ਜਾਊਗਾ ਸਮਾਂ ਸਮਾਂ ਸਮਰੱਥ ਸਭ ਕੁਛ ਉਹਦੇ ਹੱਥ ਆ ਭਰਾਵਾ ਹੈ ਨਾ ਕੋਈ ਨਾ ਘਬਰਾ ਨਾ ਲੱਖਾਂ ਨਾਲੋਂ ਚੰਗਾ ਅੱਜ ਫਿਰ ਵੀ ਤੋਂ ਤੇਰੇ ਕੋਲ ਪਰਿਵਾਰ ਆ ਤੇਰੀ ਘਰ ਵਾਲੀ ਆ ਤੁਹਾਡਾ ਆਪਸ ਵਿੱਚ ਕਿੰਨੀ ਅਟੈਚਮੈਂਟ ਆ ਤੁਸੀਂ ਦੁੱਖ ਸੁੱਖ 'ਚ ਇਕੱਠੇ ਰਹੋ ਨਹੀਂ ਤਾਂ ਆਪਸ ਵਿੱਚ ਹੀ ਬੰਦਾ ਖਿਲਰ ਜਾਂਦਾ ਇੱਕ ਦੂਜੇ ਦੀ
ਤੁਸੀਂ ਬਾਹ ਵਾ ਇੱਕ ਦੂਜੇ ਦਾ, ਤੁਸੀਂ ਸਾਥ ਦਿੰਦੇ ਹੋ ਪੂਰਾ। ਹੁਣ ਤੂੰ ਮਾੜਾ ਰੋਇਆ ਹੋ ਜਦ ਹੀ ਹੈ ਨਾ, ਇੰਨਾ ਕੁਛ ਹੋਣ ਦੇ ਬਾਵਜੂਦ ਨਾ ਭਾਂਡੇ ਖਿਲਰ ਜਾਂਦੇ ਆ। ਤੁਸੀਂ ਭਾਗਾਂ ਵਾਲੇ ਹੋ, ਇਕੱਠੇ ਹੋ, ਕੋਈ ਨਾ ਜੈਸਲੀਨ ਠੀਕ ਹੋ ਜੂ, ਸਭ ਵਾਹਿਗੁਰੂ ਦੀ ਕਿਰਪਾ ਹੋਊ। ਪਰ ਇੱਕ ਤੇਰੀ ਮੈਨੂੰ ਇਸ ਗੱਲ ਤੇ ਬੜਾ ਸੱਚੀ ਮੈਨੂੰ ਤਕਲੀਫ ਹੋਈ ਵੀ ਤੂੰ ਮਜਬੂਰ ਸੀ, ਮੈਂ ਕੀ ਕਰ ਸਕਦਾ। ਤੂੰ ਸਾਡੇ ਕੋਲ ਇੱਕ ਵਾਰੀ ਆਉਂਦਾ ਵੀ ਬਾਈ ਮੈਨੂੰ ਜੋ ਕੁੜੀ ਬਿਮਾਰ ਰਹੀ ਆ, ਮੇਰਾ 5000 ਕਿਰਾਇਆ ਸੀਗਾ ਘਰ ਦਾ, ਉਹਨਾਂ ਨੇ ਕਿਹਾ ਯਾਰ ਤਾਂ ਪੈਸੇ ਦੇ, ਨਹੀਂ ਤਾਂ ਸਮਾਨ ਛੱਡ ਕੇ ਜਾ ਇੱਥੇ। ਉਹ ਪੈਸੇ ਲੋਨ ਦੇ ਲਈ ਮੈਨੂੰ ਕਿਤੇ ਜਾਣਾ ਪਿਆ ਪਾਸੇ, ਇੱਥੇ 8-9 ਹਜ਼ਾਰ ਤੋਂ ਵੱਧ ਤਨਖਾਹ ਨਹੀਂ ਮਿਲਦੀ ਕਿਤੇ ਵੀ ਵੀਰੇ। ਤੂੰ ਮੇਰੇ ਕੋਲ ਆਉਂਦਾ ਨਾ ਸੀ ਯਾਰ, ਆਹ ਪ੍ਰੋਬਲਮ ਤੂੰ ਮੈਨੂੰ ਦੱਸ ਕੇ ਜਾਂਦਾ ਕਿ ਵੀ ਬਾਈ ਮੈਨੂੰ ਬੱਚੀ ਨੂੰ ਉੱਥੇ ਲਿਜਾਣਾ ਪੈ ਰਿਹਾ ਸੀਗਾ, ਮੇਰੀ ਕੁੜੀ ਬਚ ਗਈ, ਮੈਨੂੰ ਹੋਰ ਹੈਲਪ ਨਹੀਂ ਚਾਹੀਦੀ। ਨਹੀਂ ਨਹੀਂ ਪੁੱਤ, ਗੱਲ ਇਹ ਹੈਲਪ ਦੀ ਨਹੀਂ ਸੀਗੀ, ਗੱਲ ਤਾਂ ਸਿਰਫ ਹੁਣ ਦਿਖਾ ਆ ਜੈਸਲੀਨ ਖਾਤਰ ਕਰਨਾ ਸੀ ਆਪਾਂ ਦਾ ਇਹ, ਫਿਰ ਕੋਈ ਦਵਾਈ ਦਾ ਹੱਲ ਕਰਦੇ। ਮੈਂ ਤੈਨੂੰ ਕਹਿ ਦਿੰਦਾ ਵੀ ਭਾਈ ਮੈਂ ਤੈਨੂੰ ਕਿਰਾਇਆ ਦੇ ਦਿਆ ਕਰੂੰ, ਤੂੰ ਆ ਕੇ ਲੈ ਜਾ ਕਰ ਦਵਾਈ, ਇਹ ਆ ਜਾ ਕਰਦੀ ਚਾਹੇ ਇਕੱਲੀ ਸਾਡੇ ਕੋਲ ਦਵਾਈ ਲੈ ਜਾ ਕਰਦੀ। ਹੁਣ ਵੀ ਦਵਾਈ ਨਹੀਂ ਆਪਾਂ ਮਿਸ ਕਰਨੀ, ਜੇ ਅੱਜ ਹੁਣ ਜਿਹੜਾ ਉਸ ਟਾਈਮ ਜਸਲੀਨ ਦਾ ਨੁਕਸਾਨ ਹੋਣ ਬਚ ਗਿਆ ਸੀਗਾ, ਹੁਣ ਜਿਹੜਾ ਉਹਨੂੰ ਦੌਰਾ ਪੈ ਗਿਆ, ਹੁਣ ਪਤਾ ਨਹੀਂ ਉਹਦੇ ਦਿਮਾਗ ਤੇ ਕਿੰਨਾ ਅਸਰ ਪਊ ਇਸ ਚੀਜ਼ ਦਾ, ਹੈ ਨਾ। ਬਸ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਵੀ ਸਾਰਾ ਕੁਛ ਠੀਕ ਹੋਵੇ, ਤੰਦਰੁਸਤ ਹੋਵੇ ਉਹ, ਬਸ ਠੀਕ ਹੈ ਨਾ। ਪਰ ਉਸ ਤੋਂ ਬਾਅਦ 'ਚ ਆਪਾਂ ਕੋਈ ਨਾ ਇਹਨੂੰ ਠੀਕ ਕਰ ਲਾ, ਫਿਰ ਆਪਾਂ ਕੋਈ ਨਾ ਕੋਈ ਹੱਲ ਕੱਢਦੇ ਹਾਂ ਅਤੇ ਉਹਨੂੰ ਦੇਖਦੇ ਹਾਂ ਕਿੱਦਾਂ ਤੇਰਾ ਹੱਲ ਕਰਨਾ, ਕੋਈ ਜੋਬ ਜੂਬ ਦਾ ਮੈਂ ਤੇਰਾ ਹੱਲ ਕਰਕੇ ਦਿੰਦਾ, ਠੀਕ ਆ। ਜਾਓ ਹੁਣ ਹੋਸਪਿਟਲ ਜਾਓ, ਕਾਹ ਤੇ ਆਏ ਤੁਸੀਂ? ਠੀਕ ਕਰਾ ਲਾ, ਤੈਨੂੰ ਦੇਵਾਂਗੇ, ਠੀਕ ਆ, ਕੋਈ ਨਾ ਕਰਦੇ ਹਾਲ ਤੇਰਾ ਪੁੱਤ। ਹੈਂ?